ਜ਼ਿਲ੍ਹਾ ਫਿਰੋਜ਼ਪੁਰ ਦੇ ਵਿੱਚ ਪਿਛਲੇ ਕਈ ਸਾਲਾਂ ਤੋਂ ਖੇਤਾਂ ਦੇ ਵਿੱਚ ਲੱਗੇ ਟਰਾਂਸਫਾਰਮਰ ਦੇ ਵਿੱਚੋਂ ਤੇਲ ਚੋਰੀ ਹੋਣ ਦੀਆਂ ਵਾਰਦਾਤਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਅਤੇ ਆਏ ਦਿਨ ਚੋਰਾਂ ਦੇ ਵੱਲੋਂ ਕਿਸੇ ਨਾ ਕਿਸੇ ਕਿਸਾਨ ਦੇ ਖੇਤ ਦੇ ਵਿੱਚ ਲੱਗੇ ਟਰਾਂਸਫਾਰਮਰਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਬੀਤੇ ਸਵੇਰ ਨਜ਼ਦੀਕ ਪਿੰਡ ਬੁਰਾਨਦੀਨ ਵਾਲਾ ਵਿਖੇ ਕਿਸਾਨ ਰਾਮ ਮੰਦਰ ਪੁੱਤਰ ਮਈਆ ਰਾਮ ਕੰਬੋਜ ਦੇ ਖੇਤਾਂ ਦੇ ਵਿੱਚ ਲੱਗੇ ਟਰਾਂਸਫਾਰਮਰ ਦੇ ਉੱਤੇ ਧਾਵਾ ਬੋਲਦੇ ਹੋਏ ਟਰਾਂਸਫਾਰਮਰ ਦੇ ਵਿੱਚੋਂ ਤੇਲ ਚੋਰੀ ਕਰ ਲਿਆ ਗਿਆ। ਰਾਮਚੰਦਰ ਨੇ ਪੁਲਿਸ ਥਾਣਾ ਅਮੀਰ ਖਾਸ ਨੂੰ ਦਿੱਤੇ ਬਿਆਨਾਂ ਦੇ ਵਿੱਚ ਦੱਸਿਆ ਕਿ ਉਸਨੇ ਆਪਣੇ ਖੇਤਾਂ ਦੇ ਵਿੱਚ ਪਾਣੀ ਲਗਾਇਆ ਹੋਇਆ ਸੀ ਅਤੇ ਅੱਜ ਸਵੇਰੇ ਕਰੀਬ 3:30 ਵਜੇ ਖੇਤਾਂ ਦੇ ਵਿੱਚ ਗੇੜਾ ਲਾਉਣ ਲਈ ਗਿਆ ਤਾਂ ਦੇਖਿਆ ਕਿ ਉਹਨਾਂ ਦਾ ਟਰਾਂਸਫਾਰਮਰ ਦਾ ਇੱਕ ਬੁਸ਼ ਖੁੱਲਿਆ ਹੋਇਆ ਹੈ ਅਤੇ ਉਸਦੇ ਵਿੱਚੋਂ ਤੇਲ ਵੀ ਚੋਰੀ ਕਰ ਲਿਆ ਗਿਆ ਸੀ। ਇਸ ਤੋਂ ਬਾਅਦ ਉਸਨੇ ਤੁਰੰਤ ਆਪਣੇ ਗਵਾਂਢੀ ਨੂੰ ਮੌਕੇ ਦੇ ਉੱਤੇ ਬੁਲਾਇਆ ਅਤੇ ਉਹਨਾਂ ਕਿਹਾ ਕਿ ਤਾਂ ਦੋਨੇ ਜਣੇ ਟਾਰਚ ਦੀ ਮਦਦ ਦੇ ਨਾਲ ਨਿਸ਼ਾਨ ਵੇਖਦੇ ਹੋਏ ਪਿੱਛਾ ਕਰਦੇ ਹੋਏ ਸੜਕ ਤੇ ਪਹੁੰਚ ਗਏ ਅਤੇ ਆਖਿਰ ਤੇਲ ਦੇ ਨਿਸ਼ਾਨ ਉੱਥੇ ਸਥਿਤ ਆਰਕੇ ਭੱਠੇ ਤੱਕ ਜਾ ਕੇ ਖਤਮ ਹੋ ਗਏ। ਉਹਨਾਂ ਇਸ ਮੌਕੇ ਦੇ ਉੱਤੇ ਹੋਰਨਾਂ ਨੂੰ ਵੀ ਬੁਲਾਇਆ ਜਿਨ੍ਹਾਂ ਦੇ ਵੱਲੋਂ ਵੀ ਉਹਨਾਂ ਦੇ ਖੇਤਾਂ ਦੇ ਵਿੱਚੋਂ ਤੇਲ ਚੋਰੀ ਹੋਣ ਦੀ ਗੱਲ ਦੱਸੀ ਗਈ। ਦਰਅਸਲ ਸਾਰਾ ਤੇਲ ਭੱਠੇ ਦੇ ਵਿੱਚ ਇਕੱਠਾ ਕਰਕੇ ਰੱਖਿਆ ਹੋਇਆ ਸੀ ਅਤੇ ਭੱਠਾ ਮਾਲਕ ਨੇ ਦੱਸਿਆ ਕਿ ਉਸ ਨੂੰ ਇਹ ਤੇਲ ਨੋਨੀ ਅਤੇ ਸੁਦਾਮਾ ਪੁੱਤਰ ਪ੍ਰੀਤਮ ਸਿੰਘ ਅਤੇ ਇਹਨਾਂ ਦੇ ਨਾਲ ਬੱਗੀ ਵਾਸੀ ਪਿੰਡ ਕੁੱਟੀ ਨੇ ਵੇਚਿਆ ਅਤੇ ਉਹਨਾਂ ਦੇ ਵੱਲੋਂ ਨਕਦ ਪੈਸੇ ਵੀ ਉਹਨਾਂ ਨੂੰ ਦੇ ਦਿੱਤੇ ਗਏ ਨੇ ਜਿਸ ਦੇ ਉੱਤੇ ਪੁਲਿਸ ਨੂੰ ਸੂਚਿਤ ਕੀਤਾ ਗਿਆ ਤਾਂ ਪੁਲਿਸ ਨੇ ਮੌਕੇ ਦੇ ਉੱਤੇ ਪਹੁੰਚ ਕੇ ਦੋਸ਼ੀ ਕਾਬੂ ਕਰ ਲਏ। ਜਦਕਿ ਤੇਲ ਚੋਰੀ ਕਰਨ ਵਾਲੇ ਨੋਨੀ ਸੁਦਾਮਾ ਪ੍ਰੀਤਮ ਸਿੰਘ ਬੱਗੀ ਨਾਮਕ ਵਿਅਕਤੀਆਂ ਦੀ ਭਾਲ ਹਾਲੇ ਜਾਰੀ ਹੈ ਅਤੇ ਜਲਦੀ ਇਹ ਚੋਰ ਵੀ ਸਲਾਖਾਂ ਦੇ ਪਿੱਛੇ ਹੋਣ ਦੀ ਗੱਲ ਆਖੀ ਗਈ ਹੈ। ਸਾਡੇ ਥਾਣੇ ਦੇ ਏਰੀਏ ਦੇ ਵਿੱਚ ਕਈ ਦਿਨਾਂ ਤੋਂ ਤੇਲ ਚੋਰੀ ਦੀਆਂ ਕਾਫੀ ਘਟਨਾਵਾਂ ਹੋ ਰਹੀਆਂ ਸੀ ਜਿਸ ਬਾਰੇ ਅਸੀਂ ਜਨਤਾ ਨੂੰ ਸੁਚੇਤ ਕੀਤਾ ਹੋਇਆ ਸੀ। ਅੱਜ ਸਵੇਰੇ ਪਿੰਡ ਰੁਕਣਾ ਕਸੂ ਕੇ ਦੇ ਕਿਸਾਨ ਰਾਮਚੰਦ ਨੇ ਸਾਨੂੰ ਇਤਲਾਹ ਦਿੱਤੀ ਕਿ ਜਿਹੜੀ ਹੈਗੀ ਹੈ ਟਰਾਂਸਫਾਰਮ ਸਾਡੇ ਖੇਤ ਵਿੱਚ ਲੱਗਿਆ ਉਤੋਂ ਤੇਲ ਚੋਰੀ ਹੋਇਆ। ਜੋ ਤੇਲ ਚੋਰੀ ਦਾ ਮੌਕਾ ਦੇਖਿਆ ਸਾਡੇ ASI ਸੁਖਦੇਵ ਰਾਜ ਨੇ ਜਾ ਕੇ ਮੌਕਾ ਦੇਖਣ ਤੋਂ ਬਾਅਦ ਉਸ ਨੂੰ ਚੈੱਕ ਕੀਤਾ ਤਾਂ ਉਹ ਜਿਹੜੀ PPA ਦੇ ਵਿੱਚੋਂ ਤੇਲ ਡੁੱਲਿਆ ਹੋਇਆ ਸੀਗਾ ਉਹ ਭੱਠੇ 'ਤੇ ਜਾ ਵਿੱਡਾ ਵਿੱਡਾ ਭੱਠਾ ਹੈ ਭੱਠੇ 'ਤੇ ਜਾ ਵੜਿਆ। ਉਹ ਵਿੱਡੇ ਭੱਠੇ ਦੇ ਅੰਦਰੋਂ ਜਿਹੜਾ ਚੈੱਕ ਕੀਤਾ ਗਿਆ ਉੱਥੋਂ 2 ਡਰੰਮ ਤੇਲ ਦੇ ਬਰਾਮਦ ਹੋਏ। ਅੱਛਾ ਵੀ ਉਹ ਸ਼ੱਕ ਦੇ ਆਧਾਰ 'ਤੇ ਮਗਰ ਮਗਰ ਗਿਆ ਉਹਦੇ? ਹਾਂ, ਸ਼ੱਕ ਦੇ ਮੁਤਾਬਿਕ ਉਹਦੇ ਮਗਰ ਮਗਰ ਗਿਆ। ਜਾ ਕੇ ਦੇਖਿਆ ਤਾਂ ਉਹਦੇ ਦਫ਼ਤਰ ਦੇ ਵਿੱਚੋਂ ਜਿਹੜੇ 2 ਡਰੰਮ ਤੇਲ ਦੇ ਕੁਛ ਖਾਲੀ ਸਮਾਨ ਹੋਰ ਪੀਪੀਆਂ ਕੁਪੀਆਂ ਅਤੇ ਜੋ ਉਹ ਤੇਲ ਕੱਢਣ ਵਾਲਾ ਪੈਪਾਂ ਪੂਪਾਂ ਸਮਾਨ ਉੱਥੋਂ ਬਰਾਮਦ ਹੋਇਆ। ਅੱਛਾ ਜੀ, ਅਤੇ ਰਾਮਚੰਦ ਦੇ ਬਿਆਨ 'ਤੇ ਜਿਹੜਾ ਮੁਕੱਦਮਾ ਦਰਜ ਹੋਇਆ। ਅੱਛਾ ਜੀ, ਅਤੇ ਇਹਦੇ ਵਿੱਚ ਦੋਸ਼ੀ ਹੈਗਾ ਵਿੱਕੀ ਮਿੱਡਾ, ਤਰਸੇਮ ਸਿੰਘ, ਇਹਨਾਂ ਨੂੰ ਗ੍ਰਿਫਤਾਰ ਕਰ ਲਿਆ। ਬਾਕੀ ਜਿਹੜੇ ਹੈਗੇ ਤੇਲ ਚੋਰੀ ਕਰਨ ਵਾਲੇ ਪ੍ਰੀਤਮ ਸਿੰਘ ਨੋਨੀ ਅਤੇ ਸੁਦਾਮਾ ਬੱਗੀ ਇਹਨਾਂ ਨੂੰ ਅਸੀਂ ਜਲਦੀ ਗ੍ਰਿਫਤਾਰ ਕਰਾਂਗੇ। ਅੱਛਾ ਜੀ, ਤੁਸੀਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰ ਰਹੇ ਹੋ ਸਰ? ਅਸੀਂ ਆਪਣੇ ਵੱਲੋਂ ਪੂਰੀ ਤਨਦੇਹੀ ਨਾਲ ਕੋਸ਼ਿਸ਼ ਕਰ ਰਹੇ ਹਾਂ ਕਿ ਮੁਲਜ਼ਮ ਜਲਦੀ ਜਲਦੀ ਗ੍ਰਿਫਤਾਰ ਕਰਕੇ ਸਲਾਖਾਂ ਪਿੱਛੇ ਭੇਜੇ। ਅੱਛਾ, ਇਹਦੇ 'ਚ ਸਰ 2 ਗ੍ਰਿਫਤਾਰੀ ਹੋਈਆਂ ਜੀ? 2 ਗ੍ਰਿਫਤਾਰੀਆਂ ਹੋਈਆਂ। ਠੀਕ ਹੈ ਸਰ। ਗੁਰੂ ਹਰ ਸਹਾਇ ਤੋਂ ਸੰਦੀਪ ਕੰਬੋਜ ਦੀ ਰਿਪੋਰਟ।